हाँ जी सत श्री अकाल दोस्तों, स्वागत करते हैं थोड़ा नवें दिन ते नवी वीडियो दे विच। ते अज दी वीडियो दे विच तुसी देखोगे कि किर्गिस्तान किन्ना क महंगा किन्ना क सस्ता है इंडिया नाल कंपेयर करके, क्योंकि अज आए हैं असीं इन्हां दी बहुत ही वड्डी एक सुपर मार्केट दे विच। इंजॉय करो वीडियो नूं, उम्मीद करना पसंद आऊगी। सो इत्थे है जी प्रेस दे प्राइस देख लो तुसी, 3700, 3900, 4300 आ देखदे जाओ। सो इह भाजी अपने नाल ने भाजी ਸਵੇਰ ਤੇ MBBS ਕਰਦੇ ਨੇ। ਆ ਦੇਖੋ ਆ ਲੈਪਟਾਪ ਵਗੈਰਾ 3190 ਨਹੀਂ ਗਲਤ, ਅੱਛਾ ਇਹ ਮਾਊਸ ਹੈ, ਮੈਂ ਲੈਪਟਾਪ 3100 ਦਾ ਲੈਪਟਾਪ ਹੈ। ਆ 29000 ਦਾ ਇੰਟਲ i5 ਹੋਊਗਾ ਸ਼ਾਇਦ ਨਾ, ਇਹ ਮੈਨੂੰ ਟੈਕਨੀਕਲੀ ਥੋੜ੍ਹੀ ਘੱਟ ਨੌਲੇਜ ਹੈ। 33000 ਦਾ ਇਹ, ਤੁਸੀਂ ਮਤਲਬ ਆਈਡੀਆ ਲਾ ਲਓ, ਮੈਂ ਇੱਕ ਜਸਟ ਆਈਡੀਆ ਦੇ ਰਿਹਾ, ਜਿਵੇਂ i-core ਇੰਟਲ ਕੋਰ i3 ਆ, ਹੈ ਨਾ, 47000 ਦਾ ਮੇਰੇ ਹਿਸਾਬ ਨਾਲ ਇੰਡੀਆ ਤੋਂ ਪ੍ਰਾਈਸ ਘੱਟ ਹੈ, ਘੱਟ ਹੈ ਨਾ। ਭਾਜੀ ਅੱਜ ਮੈਂ ਇਹਨਾਂ ਦੇ ਫਲੈਟ ਹੀ ਜਾਣਾ ਹੁਣ, ਅਸੀਂ ਥੋੜ੍ਹਾ ਇੱਥੋਂ ਖਰੀਦਦਾਰੀ ਕਰਕੇ ਤੁਸੀਂ ਥੋੜ੍ਹੀ ਜਿਹੀ ਵੀਡੀਓ ਬਣਾ ਲਈ। ਓਏ ਹੋਏ, TV ਬੜੇ ਘੈਂਟ ਘੈਂਟ ਆ ਬਾਈ ਉਰੇ। ਅੱਛਾ 55000 ਦਾ ਭਾਜੀ, ਕਿੰਨੇ ਇੰਚ ਦਾ ਇਹ, 60 ਲੱਗ ਰਿਹਾ ਮੇਰੇ ਕੋਲ, ਵੈਸੇ ਮੇਰੇ ਕੋਲ ਉਤਨਾ ਹੀ ਲੱਗ ਰਿਹਾ। 50 ਇੰਚ ਦਾ 41 ਦਾ, ਕੰਪਨੀ ਕੌਣ ਸੀ, ਸਪਲਕ ਜਿਹੜੀ ਵੀ ਹੈ, ਲੇਕਿਨ ਠੀਕ ਹੈ, ਪ੍ਰਾਈਜ਼ ਬਹੁਤ ਸਸਤੇ ਹੈ ਯਾਰ, ਕਾਫੀ ਸਸਤੇ ਪ੍ਰਾਈਜ਼ ਲੱਗ ਰਹੇ। ਅੱਛਾ ਹਾਂ, ਅੱਛਾ ਇੰਡੀਆ ਲੈ ਕੇ ਗਿਆ ਥਾ, ਹਾਂ ਤਾਂ ਬੜੀ ਹੈ ਯਾਰ। ਇਹ ਦੇਖੋ, ਆਪ ਦੇਖੋ ਨਾ ਪ੍ਰਾਈਜ਼, ਦੇਖੋ ਇਹ ਕਿਆ ਹੈ, 65000 ਰੁਪਏ ਕਾ ਹੀ ਹੈ, ਇੰਡੀਆ ਮੇਂ ਨਹੀਂ ਹੈ। ਮੈਂ ਇਹ ਕੌਣ ਸੀ ਕੰਪਨੀ ਕਾ, LG ਕਾ ਨਾ, ਹਾਂ LG ਦਾ ਬਾਈ ਇਹ। ਅੱਛਾ ਸਪਲਕ ਤੋਂ, ਉਹ ਚ ਸੁਲਪਕ ਤੋਂ ਕੁਛ 51 ਕਾ, ਦੇਖੋ ਯਾਰ ਮਤਲਬ ਪ੍ਰਾਈਜ਼ ਪ੍ਰੂਈਜ਼ ਬਹੁਤ ਸਸਤੇ ਆ, ਇੱਥੇ ਬਰਤਨਾਂ ਦੇ ਦੇਖ ਲਈਏ। ਆ ਦੇਖੋ 1190 ਰੁਪਏ ਦੇ, 1600, 690 ਰੁਪਏ ਦਾ ਦੇਖੋ, ਮਤਲਬ ਥੱਲੇ ਵਾਲੇ ਜਿਹੜੇ ਆ, ਇਹ ਇੰਡੀਆ ਦੇ ਵਿੱਚ ਨਾ ਇਹਨਾਂ ਦੇ ਪ੍ਰਾਈਜ਼ 1502 ਦੇਖ, ਜਿੱਦਾਂ 3700 ਦਾ ਨਾ ਨੋਰਮਲ ਵਾਲਾ ਜੋ ਤਵਾ ਨਾ ਭਾਜੀ, ਇਸਕੇ ਪ੍ਰਾਈਜ਼ ਇਤਨੇ ਇਤਨੇ ਹੈ, ਇੰਨੇ ਮੈਂ 2000 ਰੁਪਏ ਕੇ, ਇਹ ਵਾਲੇ ਜੋ ਥੋੜ੍ਹੀ ਮਹਿੰਗੇ ਆ, ਪਤਾ ਨਹੀਂ ਕਿਉਂ, ਕੁਛ ਸਸਤਾ ਵੀ ਹੈ। ਅੱਛਾ ਕਲੋਥ ਮਹਿੰਗੇ ਹੈ, ਮਸ਼ੀਨ ਕੇ ਦੇਖ ਲਓ, ਆ ਲਓ ਇਹ ਤਾਂ ਸੇਮ ਹੀ ਲੱਗ ਰਿਹਾ ਮੇਰੇ ਕੋ, ਕਿ ਨਹੀਂ ਸੇਮ ਸਹੀ ਹੈ, 40-45 ਹਜ਼ਾਰ ਕੀ ਆਪਣੇ ਉੱਤੇ, 37-27 ਨਹੀਂ, ਥੋੜ੍ਹਾ ਫਰਕ ਹੈ, ਥੋੜ੍ਹੀਆਂ ਸਸਤੀਆਂ, 29000 ਜਾਂ 28000। ਤਾਂ ਇਹ ਵੀ ਤਾਂ ਸੋਮ ਹੈ ਨਾ, ਇਹ ਸੋਮ ਹੈ ਇੰਡੀਆ ਦਾ, ਤਾਂ 25000 ਹੋ ਗਿਆ ਨਾ, INR 25000 ਕੇ ਆਸ ਪਾਸ ਹੋ, ਇਹ ਸੈਮਸੰਗ 25000, 35000 ਬਹੁਤ ਘੱਟ ਪ੍ਰਾਈਜ਼। ਅੱਛਾ ਆਈਫੋਨ ਇਧਰ ਆ, ਆਈਫੋਨ ਕੌਣ ਸਾ ਜੀ। ਹੈਲੋ ਦੋਸਤੋ, ਅੱਜ ਮੈਂ ਤੁਹਾਨੂੰ ਦੱਸੂਗਾ ਇੰਡੀਆ ਦੇ ਬੈਸਟ ਗੇਮਿੰਗ ਪਲੇਟਫਾਰਮ ਵਿੰਜ਼ੋ ਦੇ ਬਾਰੇ ਵਿੱਚ, ਜਿੱਥੇ ਤੁਸੀਂ 70 ਤੋਂ ਜ਼ਿਆਦਾ ਗੇਮਾਂ ਖੇਡ ਕੇ ਜਿੱਤ ਸਕਦੇ ਹੋ ਬਹੁਤ ਸਾਰੇ ਇਨਾਮ ਹਰ ਦਿਨ। ਇੱਥੇ ਤੁਸੀਂ ਫ੍ਰੀ ਫਾਇਰ ਅਤੇ COD ਮੋਬਾਈਲ ਵਰਗੀਆਂ ਗੇਮਾਂ ਦੇ ਟੂਰਨਾਮੈਂਟ ਵੀ ਖੇਡ ਸਕਦੇ ਹੋ। ਇੱਥੇ ਵਿੰਜ਼ੋ ਵਰਲਡ ਵਾਰ ਵਿੱਚ ਗੇਮਸ ਦੇ ਕਈ ਟੂਰਨਾਮੈਂਟ ਵੀ ਹੁੰਦੇ ਹਨ, ਜਿੱਥੇ ਤੁਸੀਂ ਜਿੱਤੋ ਜਾਂ ਹਾਰੋ ਫਿਰ ਵੀ ਜਿੱਤ ਸਕਦੇ ਹੋ ਲੱਖਾਂ ਦੇ ਇਨਾਮ। ਤਾਂ ਖੇਡਣਾ ਜ਼ਰੂਰ, ਕਿਉਂਕਿ ਪਹਿਲੀਆਂ 2 ਗੇਮਸ ਨੇ ਬਿਲਕੁਲ ਫ੍ਰੀ। ਵਿੰਜ਼ੋ ਅਤੇ ਵਿੰਜ਼ੋ ਸਟੋਰ ਵੀ ਹੈ ਜਿੱਥੇ ਤੁਸੀਂ ਫ੍ਰੀ ਫਾਇਰ, ਲੋਡ ਮੋਬਾਈਲ ਅਤੇ ਮਾਈਨਕ੍ਰਾਫਟ ਵਰਗੀ ਗੇਮਸ ਦੀ ਕਰੰਸੀ ਵੀ ਖਰੀਦ ਸਕਦੇ ਹੋ, ਉਹ ਵੀ ਬਹੁਤ ਵਧੀਆ ਡਿਸਕਾਊਂਟਸ ਦੇ ਨਾਲ। ਅਤੇ ਵਿੰਜ਼ੋ ਵਾਲਟ ਤੋਂ ਤੁਸੀਂ ਆਪਣਾ ਜਿੱਤਿਆ ਹੋਇਆ ਪੈਸਾ ਬਹੁਤ ਈਜ਼ੀਲੀ ਟ੍ਰਾਂਸਫਰ ਕਰ ਸਕਦੇ ਹੋ Paytm, UPI ਅਤੇ ਬੈਂਕ ਅਕਾਊਂਟ ਦੇ ਵਿੱਚ। ਇੰਤਜ਼ਾਰ ਕਿਸ ਗੱਲ ਦਾ, ਡਿਸਕ੍ਰਿਪਸ਼ਨ ਵਿੱਚ ਦਿੱਤੀ ਹੋਈ ਲਿੰਕ ਤੋਂ ਡਾਊਨਲੋਡ ਕਰੋ ਵਿੰਜ਼ੋ, ਅਤੇ ਮੇਰੇ ਵੱਲੋਂ ਤੁਹਾਨੂੰ ਮਿਲੇਗਾ ਰੇਟ 50 ਦਾ ਬੋਨਸ। 11,69,000 ਸੋਮ ਕਾ ਹੈ, ਸੋਮ ਦਾ ਬਾਈ ਇਹ, 80,000 ਸੋਮ ਦਾ। ਇਹ ਕਿਹੜਾ 12 ਮਿੰਨੀ ਹੈ, 12 ਕਿਹੜਾ, 11 12 ਪ੍ਰੋ। ਆ ਦੇਖੋ 12 ਪ੍ਰੋ 128 GB, 1,19,000, ਮਤਲਬ 1,00,000 ਇੰਡੀਅਨ ਰੁਪੀਜ਼ ਦਾ ਹੋ ਗਿਆ, 95,000 1,00,000 ਇੰਡੀਅਨ ਰੁਪੀਜ਼। ਸੋ ਪ੍ਰਾਈਜ਼ ਬਹੁਤ ਘੱਟ ਆ ਯਾਰ ਇੱਥੇ, ਇਹ ਚੀਜ਼ ਹੈ। ਚਲੋ ਹੁਣ ਥੋੜ੍ਹਾ ਖਾਣ ਪੀਣ ਦੀਆਂ ਚੀਜ਼ਾਂ ਦੇ, ਕਿਉਂਕਿ ਮੇਨ ਤਾਂ ਉਹੀ ਹੈ ਨਾ। ਅੱਛਾ ਇਹ ਸਾਰਾ ਆਪਾਂ ਕਵਰ ਕਰਨਾ, ਹਾਂ ਠੀਕ ਹੈ, ਇਹ ਤਾਂ ਬੜਾ ਪਿਆਰਾ। ਸੋ ਆ ਬਈ ਪਰਫਿਊਮਸ ਆ ਗਿਆ, ਤੁਸੀਂ ਦੇਖ ਲਓ ਕਿੰਨੇ ਆ, ਸ਼ਨੈਲ ਸਾਰੇ, ਵਰਸਾਚੇ। ਭਾਜੀ ਮੈਂ ਉਸਕੋ ਪਹਿਲੇ ਨਾ ਚੈਨਲ ਬੋਲਦਾ ਤਾ, ਸ਼ਨੈਲ ਹੈ ਨਾ, ਉਹ ਦਿਖਨੇ ਤਾਂ ਹਮਾਰਾ ਤਾਂ ਚੈਨਲ ਨਹੀਂ, ਜਿਸਕੋ ਨਹੀਂ ਪਤਾ। ਸੋ ਇਹ ਕੁੜੀਆਂ ਦਾ ਸਮਾਨ, ਕੋਸਮੈਟਿਕ ਪਲੈਣਾ ਤੁਸੀਂ ਲੈ ਸਕਦੇ ਹੋ। ਮੈਂ ਪ੍ਰਾਈਜ਼ ਨਹੀਂ ਦੱਸੇ ਕਿਉਂਕਿ ਬਈ ਆਪਣੇ ਕੰਮ ਦੀ ਨਹੀਂ ਆ ਉਹ ਚੀਜ਼। ਆ ਪਰਫਿਊਮ ਤਾਂ ਲੈ ਸਕਦੇ ਹੋ, ਪਰ ਕੁੜੀਆਂ ਦਾ ਸਮਾਨ ਹੁਣ ਕੌਣ ਹੀ ਲਊਗਾ। ਆ ਵੀ ਕੁੜੀਓ, ਜੇ ਤੁਸੀਂ ਆਉਂਦੀ ਹੋ ਤੁਸੀਂ ਲੈ ਸਕਦੇ ਹੋ, ਪ੍ਰਾਈਜ਼ ਇੰਨੇ ਜ਼ਿਆਦਾ ਨਹੀਂ ਹੈ, ਨੋਰਮਲ ਪ੍ਰਾਈਜ਼ ਹੈ। ਕਿਆ ਚੀਜ਼, ਇਹ ਆ ਗਏ ਬ੍ਰੈਡ, ਬ੍ਰੈਡ ਦੇ ਪ੍ਰਾਈਜ਼ ਦੇਖ ਲਓ, 67-58 ਸੋਮ। ਬਾਕੀ ਮੈਂ ਥੱਲੇ ਲਿਖ ਦੂੰਗਾ ਇੰਡੀਅਨ ਰੁਪੀਸ 'ਚ ਕਨਵਰਟ ਕਰਕੇ। ਓ ਇੰਨੀ ਵੱਡੀ ਰੋਟੀ,
आपको कितने की होती है, कुछ प्राइस बताओ इसका। ये 15-16 रुपये 15-16 का। हाँ इदा ना लोकल ब्रेड्स है इन्हों, ठीक है। मैंने उन्होंने पता नहीं है कुछ ब्रेड्स में भाजी, नहीं कुछ ब्रेड्स में यार चिकन विकन एग वगैरह होता है। नहीं ये ज़्यादा तो वो है स्वीट वाला है। अच्छा ये स्वीट है, नहीं मैं खाता ही नहीं फिर अपन सीधा सा। अच्छा पेप्सी का प्राइस जो भी है 8 भाई 1.5 लीटर है। 1.5 लीटर तो ये इंडिया से तो सस्ता हुआ ना। इंडिया में 1.5 लीटर कितने की है? 80 रुपये की। 80। अभी मैं 2 साल से गया नहीं हूँ इंडिया, तो मुझे उतना आइडिया नहीं है। यार ये सही है भाई, आ 1 लीटर 52 सोम दी मतलब 45 इंडियन रुपये दी, आ होगी तकरीबन 58 या 55 इंडियन रुपीज़ दी। सो तुम देख लो फेंटा देख लो 87 सोम दी है, 2 लीटर वाली है। इंडिया के हिसाब से किन्नी की होगी? 72 रुपये की। सो इंडिया तो सस्ती है थोड़ी। अपने केक वेक आ गए जो भी है तुम देख लो प्राइस किन्ने इन्हों के। 378 रुपये का केक 1 किलो होगा ना ये, 1.2 1200 ग्राम का केक यार 378 बहुत सस्ता भाई। 378 वो भी सोम है, इंडिया का कितना हो गया 320 रुपये। फिर बिस्कुट सब 249 का, जोड़ा मर्जी चको प्योर घ्यो दे बनया होया देसी घ्यो। अच्छा सुशी वगैरह, हाँ ठीक है। 42 करतुश का 42 का इंडिया के किन्ने हो गए? 35-36 रुपये हो गए। तो बहुत ठीक है रेट, रशिया से सस्ता है, रशिया में 90 रुपये किलो था। अपना प्याज 20 रुपये यार, पर वाइट वाला तुम ये ना सब्जी स्वाद नहीं बनती, ये ध्यान रखना तुम प्याज हमेशा रेड वाला लेना। आ देखो आ 99 रुपये का, आ गाजर है ये भी 99 रुपये की है, 145 का। आओ हरा प्याज, अजी हरा प्याज पहली बार देख रहा हूँ यार मैं। अच्छा वाइट वो है, वैसे हम लोग रेड लेंगे, आपके पास रेड पड़ा है? पास पड़ा नहीं, रेड है वो वाला। एक एक प्याज ले लो चाहे, क्योंकि इसका मैं बताता हूँ इस रेड से अच्छी बनती है पनीर भुर्जी उसकी, उसमें हैं। अरे नहीं पनीर भुर्जी में कितना डालेंगे? ये बड़ा ले लो ना, एक ही बहुत है। ये देखो ना किया, आ देख लो तुम सैलड सूडल ले या गोभी 66 रुपये की। आ देखो आ फुल गोभी 66 सोम दी, आ 466 का की है भैया। हाँ भाई लाल वाली मैं डर गया, क्योंकि गोभी आ खुंबा 251 रुपये का डब्बा भाई यार, 149 का सॉरी ऑफ तो चल रहा। तो ठीक है अदरक 439 रुपये किलो का रेट है। एप्पल देख लो 138 सोम दे, आ 130 का, 134 सोम, आ अपने दूजे आ गए आड़ू उड़ू जिदा 155, आ किन्नू 99 सोम दे किलो। तुम देख लो आ प्राइस थोड़े सामने ही, ऑरेंज उरेंज मतलब 335, आ देख लो आड़ू किन्ने 209 भाई। आ चेरी, चेरी सस्ती होनी चाहिए, चेरी 39 सोम है ना। फ्री में चाहिए? अरे जहाँ मुझे पता है, मैं तो तोड़ तोड़ के बहुत खाए मैंने इतनी ज़्यादा। मतीरा 19 सोम का किलो, ठीक है यार। नहीं केला बहुत महंगा है यहाँ पे, केला की रेट है 94 रुपये का किलो, देख लो तुम। तो तुम एक कैचअप कुचअप जो 129 सोम दी 1 लीटर। नॉन वेज वैसे मैं तुम्हें प्राइस मोटे मोटे दस दिना, नॉर्मल ही है इन्ने ज़्यादा नहीं, 100-150-200 आ तुम देख लो सारे आज हो गई आ सैक्शन नॉन वेज का। आज चीज वीज आ गई ना सारी, दूसरे वाला अपनी लेना वो जो होता ना जैसे 56 सोम का मतलब 45-46 रुपये लीटर दुध आ भाई इतने, ठीक है यार ज़्यादा महंगा नहीं है। बाकी रेट अलग आ ब्रांड के हिसाब से, देखो 87 का पिया, वो लस्सी का रेट भी मैं थोड़ा, लस्सी 47 की है। आ देखो इधर पे ना दुध दुद्ध लस्सी इन्हें जी कोई लस्सी होगी वो मिलना वो लगती है 36 की है शायद। आ दही वगैरह पई हुई है, फ्रूट दही देखो आज छोटा एक पैकेट होगा 19 सोम का, 12 सोम का छोटे वाला। लस्सी है ना, नहीं वो छाछ हो गया कि फिर तो दही हो गया, दही हो गया। एक ये लस्सी है, अरे इंडिया में छाछ लस्सी होगी, लस्सी हो पंजाब में लस्सी बोलते हैं, नमकीन। हाँ नमकीन वही पंजाब में लस्सी बोलते। कितने का है? ठीक है ठीक है यार, मतलब रेट इंडिया के 32-33 रुपये, वही मैं दसा वो 47 वाला भी सीखा उ है ना। पनीर, पनीर कितने का लिया आपने? पनीर मैंने लिया है ये आपको पड़ जाता है कितना, 55 का है, 240 मतलब 240 ग्राम 55 का। तो ठीक है इंडिया वाला इंडिया से सस्ता है। क्या है? घी है। ये घी है? हाँ क्यों भी मिलता रशिया में नहीं मिला यार हमें। ये कितने का? ये 76 76 रुपये का क्यों है भाई एक डब्बी, देखो कमाल। देखो आ मूंगफली कड़ी हुई 274 181 805 सोम का, ये मैं इंडियन रुपीज़ थोड़ा तले तले नाल लिखता जाऊँगा।
ਆਹ ਦੇਖ ਲਓ ਤੁਸੀਂ ਪਿਸਤਾ 895 843 843 805 181 181 274 270 460 900 176 ਤੇ 176 ਮਿੱਤਰੋ ਐਂ ਨਜ਼ਾਰੇ ਜੀ ਕਾਹਦੀਆਂ ਬੋਤਲਾਂ ਇਹ ਜਿਹਦੀਆਂ ਵੀ ਹੁਣ ਡੋਂਟ ਨੋ ਆਹ ਦੇਖੋ ਆਹ ਪਾਸਤੇ ਪਾਸਤੇ ਭਾਜੀ ਪਾਸਤੇ ਪੂਸਤੇ ਬਹੁਤ ਸਸਤੇ ਆ ਬਈ 47 ਸੋਮ ਦਾ ਆਹ ਪਾਸਤੇ ਦੇਖ ਲਓ 47 ਦਾ ਸ਼ੀਆ ਮੈਂ ਤੁਹਾਨੂੰ ਦਿਖਾਇਆ ਨਾ 15 ਰੂਬਲ ਦੇ ਸੀਗੇ 400 ਗ੍ਰਾਮ ਦਾ ਪੈਕਟ ਹੈ ਇੰਡੀਆ 'ਚ ਇੰਨੇ ਸਸਤੇ ਨਹੀਂ ਆ ਗਈ ਜੀ ਰੈੱਡ ਬੁੱਲ ਅੱਛਾ ਰੈੱਡ ਬੁੱਲ ਦਾ ਰੇਟ ਇੰਡੀਆ ਇੰਡੀਆ ਹੀ ਹੈ ਸੇਮ ਹੈ 111 ਇੰਡੀਆ ਕੇ 90-95 ਪਵਾਂਗੇ 90-95 ਦੀ ਇੰਡੀਆ 'ਚ ਆਉਂਦੀ ਹੈ ਸੋ ਠੀਕ ਆ ਇਹ ਰੇਟ ਬਾਈ ਸੇਮ ਆ ਸਾਰੇ ਆ ਦੇਖੋ ਐਨਰਜੀ ਡਰਿੰਕਸ ਆ 114-152 ਨਹੀਂ ਨਹੀਂ ਬ੍ਰੋ ਅਭੀ ਕੁਛ ਨਹੀਂ ਨਹੀਂ ਅਭੀ ਦਾਰੂ ਕੇ ਰੇਟ ਬਤਾ ਦੇ ਥੋੜ੍ਹਾ ਵੈਸੇ ਯਾਰ ਥੋੜ੍ਹਾ ਬਹੁਤ ਲੋਕ ਦੇਖਦੇ ਆ ਮੈਂ ਤਾਂ ਪੀਤਾ ਨਹੀਂ ਵੈਸੇ 1283 1922 1118 1712 1535 ਬ੍ਰਾਂਡ ਹੁਣ ਤੁਸੀਂ ਆਪੇ ਦੇਖ ਲਓ ਮੈਨੂੰ ਨੌਲੇਜ ਨਹੀਂ ਹੈ ਹਾਂ ਇੱਧਰ ਆ ਗਿਆ ਜੀ ਹੁਣ ਸ਼ੈਂਪੂਆਂ ਦਾ ਅਤੇ ਉਹ ਸਾਰਾ ਸੈਕਸ਼ਨ ਦੇਖ ਲਓ ਤੁਸੀਂ ਇਹ ਇਹ ਕਿੰਨੇ 400 ਗ੍ਰਾਮ ਵਾਲੇ ਪੈਕ ਆ ਦੇਖ ਲਓ ਸਾਰੇ 500 ਆ ਕੋਈ 400 ਆ 263 238 238 238 251 193 266 ਦਾ ਪੈਂਟਿਨ ਦਾ ਪ੍ਰੋ ਵੀ 193 ਦਾ ਪ੍ਰੋ ਵੀ 303 ਦਾ ਹੈਡ ਐਂਡ ਸ਼ੋਲਡਰ ਜਿਹੜਾ ਇਹ ਸੋਮ 'ਚ ਪ੍ਰਾਈਜ਼ ਆ ਆਈ ਐਨ ਆਰ ਥੱਲੇ ਲਿਖਿਆ ਆ ਰਿਹਾ ਹੋਊਗਾ ਠੀਕ ਆ ਸੋ ਆਹ 258 ਦਾ ਜਿੱਦਾਂ ਕਿਹੜਾ ਗਲਿਸਕੁਰ ਗਲਿਸਕੁਰ ਅੱਜ ਆਹ ਕੀ ਲਿਖਿਆ ਸ਼ੈਨੂ ਸ਼ੌਮਾ ਸ਼ੌਮਾ 150 ਦਾ ਬਾਈ ਇਹ ਸਸਤਾ ਇਹਨਾਂ ਦਾ ਕੋਈ ਲੋਕਲ ਬ੍ਰਾਂਡ ਹੋਊਗਾ ਸ਼ਾਇਦ ਇੰਟਰਨੈਸ਼ਨਲ ਬ੍ਰਾਂਡ ਨਹੀਂ ਹੈਗਾ ਆਹ ਦੇਖੋ ਹੇਅਰ ਡਾਈਆਂ ਡੁਈਆਂ ਦੇਖੋ ਬਾਈ ਜੇ ਕਿਸੇ ਵਾਲ ਚਿੱਟੇ ਆ ਤਾਂ 198 397 198 ਦੇ ਵਿੱਚ ਤੁਸੀਂ ਲੈ ਸਕਦੇ 92 115 ਸੋ ਨਜ਼ਾਰੇ ਤੁਸੀਂ ਲੁੱਟ ਸਕਦੇ ਹੋ ਆਹ ਸਾਰੇ ਇੱਧਰ ਆ ਗਏ ਪੇਪਰ ਪੇਪਰ ਜੋ ਵੀ ਆ ਪਾਣੀ ਹੈ ਜੀ ਇਹ ਦੇਖੋ ਬੋਨ ਐਕੁਆ ਦਾ ਇਹ ਸਵਾ ਲੀਟਰ ਵਾਲੀ ਬੋਤਲ ਆ 22 ਦਾ ਠੀਕ ਆ ਆਹ ਹੁਣ ਤੁਸੀਂ ਦੇਖਦੇ ਜਾਓ ਸਾਰਾ ਕੀ ਸੀ ਚਾਹ ਪੱਤੀ ਆ ਗਈ ਆ ਚਾਹ ਪੱਤੀ 104 ਸੋਮ ਦੀ ਹੈ ਫਰੂਟ ਮਿਕਸ ਵਾਲੀ ਆ 195 ਦੀ ਆ ਇਹਦਾ ਕਿੰਨਾ 250 ਗ੍ਰਾਮ ਸੋ ਆਹ ਜਿਹੜੀ ਥੱਲੇ 100 ਗ੍ਰਾਮ ਦਾ ਪ੍ਰਾਈਜ਼ ਆ 104 195 154 ਦੀ ਆ ਇਹ ਕਿਹੜੀ ਆ ਕੀਨੀਆ ਕੀਨੀਆ ਨਾ ਕੀਨੀਆ ਦੀ 91 ਸੋਮ ਦੀ 100 ਗ੍ਰਾਮ ਹੈ ਨਾ ਠੀਕ ਹੈ ਇਹ ਕਾਫੀ ਚੱਲਦੀ ਹੈ ਕਾਫੀ ਚੱਲਦੀ ਆਹ ਦੇਖੋ ਗ੍ਰੀਨ ਫੀਲਡ 125 ਆਈਡੀਆ ਹੋ ਗਿਆ ਉਹ ਕਿੰਨੇ ਕੀ ਦੀ ਹੈ ਕਿਉਂਕਿ ਇੱਦਾਂ ਤੁਸੀਂ ਬ੍ਰਾਂਡ ਵਾਈਜ਼ ਪ੍ਰਾਈਜ਼ ਨਹੀਂ ਆਹ ਦੇਖੋ 74 ਦੀ ਹੈ 125 ਦੀ ਹੈ ਬ੍ਰਾਂਡ ਵਾਈਜ਼ ਅਤੇ ਗ੍ਰਾਮ ਵਾਈਜ਼ ਪ੍ਰਾਈਜ਼ ਵਾਧੇ ਘੱਟਦੇ ਰਹਿੰਦੇ ਬਟ ਤੁਹਾਨੂੰ ਇਹ ਆਈਡੀਆ ਹੋ ਗਿਆ ਹੋਊਗਾ ਠੀਕ ਆ ਇੱਧਰ ਚੋਕਲੇਟਸ ਆ ਗਏ ਹਾਂ 399 ਦਾ ਆ ਸਾਰੇ ਆ 187 ਦਾ 500 ਦੀ ਵਾਹ ਸ਼ਾਨਦਾਰ ਆ ਬਾਈ ਪਰ 500 ਸੋਮ ਵੀ ਬਹੁਤ ਆ ਦੋ ਤਿੰਨ ਟੋਫੀਆਂ ਹੀ ਆ ਵਿੱਚ ਉਹਦੇ ਇਹ ਆ ਗਈ ਹੈ ਜੀ ਕੌਫੀ ਕੌਫੀ ਦੇ ਪ੍ਰਾਈਜ਼ ਤੁਸੀਂ ਦੇਖ ਲਓ ਆਹ ਵੱਡੇ ਵਾਲਾ ਪੈਕਟ ਆ ਅੱਧਾ ਕਿਲੋ ਦਾ 1004 ਸੋਮ ਦਾ 558 ਸੋਮ ਦਾ 220 ਗ੍ਰਾਮ 95 ਗ੍ਰਾਮ ਦਾ ਪੈਕਟ ਆ ਇਹ 326 ਦਾ ਕੌਫੀ ਮਹਿੰਗੀ ਆ ਇੱਥੇ ਰਸ਼ੀਆ ਨਾਲੋਂ ਮਹਿੰਗੀ ਆ ਕੌਫੀ ਕੌਫੀ ਰਸ਼ੀਆ ਨਾਲੋਂ ਮਹਿੰਗੀ ਆ ਭਾਜੀ ਸੋ ਆਹ ਬਾਕੀ ਇੱਧਰ ਆ ਗਿਆ 164 ਦੇ ਆਹ ਦੂਜੀਆਂ ਕੌਫੀ ਮੈਂ ਨੈਕਸ ਕੈਫੇ ਦੀ ਗੱਲ ਕਰ ਰਿਹਾ ਨੈਕਸ ਕੈਫੇ ਦੇ ਰੇਟ ਮੈਂ ਤੁਹਾਨੂੰ ਦਿਖਾ ਤੇ ਆ ਬਾਕੀ 90 ਦੀਆਂ 150 ਇਹ ਸਾਰੀ ਹੈਗੀ ਆ ਬਟ ਰਸ਼ੀਆ ਤੋਂ ਬਹੁਤ ਜ਼ਿਆਦਾ ਹਾਈ ਰੇਟ ਆ ਇੱਥੇ ਕੌਫੀ ਦੇ ਬ੍ਰਾਂਡ ਉੱਥੇ ਸਾਰੇ ਜਿਹੜੇ ਰਸ਼ੀਆ 'ਚੋਂ ਇੱਥੇ ਵੀ ਤੁਹਾਨੂੰ ਅਵੇਲੇਬਲ ਮਿਲ ਜਾਣਗੇ ਮਟਰ ਮੁਟਰ ਬਣੇ ਪਏ ਬਣੇ ਵੇ ਮਟਰ 76 ਦਾ ਜਿੱਦਾਂ ਹੈ ਨਾ 80 ਦਾ ਸੋਮ ਦਾ ਆ 69 ਦੇ ਆ ਕੋਰਨ ਆ ਜਿਹੜੇ ਬਸ ਤੁਸੀਂ ਇਹਨੂੰ ਪਾਉਣਾ ਤੜਕਾ ਲਾਉਣਾ ਸਿਰਫ ਇੱਦਾਂ ਹੀ ਆ ਆਹ ਦੇਖੋ ਰਾਜਮਾ 147 ਦੇ ਪਏ ਹੋਏ ਆ ਰਸ਼ੀਆ 25-25 30-30 ਰੂਬਲ ਦੇ ਸੀਗੇ ਕਈ ਚੀਜ਼ਾਂ ਸਸਤੀਆਂ ਕਈ ਮਹਿੰਗੀਆਂ 109-64 ਦਾਲਾਂ ਦੇ ਰੇਟ ਦੇਖੋ ਹੁਣ ਤੁਸੀਂ ਕਿੰਨੇ ਕਿੰਨੇ 88 ਦੀ ਆ ਚੌਲ ਹੈ ਨਾ ਚੌਲ 88 ਦੇ 99 ਦੀ ਦਾਲ ਆ ਇਹ ਕਿਲੋ ਕਿਲੋ ਹੋਣਗੀਆਂ ਇੱਕ ਕਿਲੋ ਇਹ ਮਤਲਬ ਕਿਲੋ ਦੇ ਨੇੜੇ ਤੇੜੇ ਦੀ ਪੈ ਗਈਆਂ ਕੋਈ 1 ਕਿਲੋ ਤੋਂ 100 ਗ੍ਰਾਮ ਵੱਧ ਘੱਟ ਆ ਆਹ ਦਲੀ ਵੀ ਛੋਲਿਆਂ ਦੀ ਦਾਲ ਆ ਗਈ ਇਹ ਇਹਦਾ ਕੀ ਰੇਟ ਆ 44 ਰੁਪਏ ਦੀ ਆ 115 ਦੀ ਆਹ ਇਹ ਕਿਹੜੀ ਆ ਇਹ ਚੌਲ ਆ ਜੋ ਪੀਲੇ ਜਿਹੇ ਵਾਲੇ ਆਹ ਕਿੰਨੇ ਦੀ ਆ ਬਈ 49 ਦੀ ਆਹ ਵੀ ਚਣੇ ਦੀ ਦਾਲ ਬਈ ਦਾਲਾਂ ਦੂਲਾਂ ਬਹੁਤ ਦਾਲਾਂ ਬਹੁਤ ਸਸਤੀ ਇੰਡੀਆ ਤੋਂ ਸਸਤੀਆਂ ਪਤਾ ਨਹੀਂ ਕਿਉਂ 141 ਦੇ ਵਾਈਟ 147 ਦੀ ਇਹ ਪੈਕਿੰਗ ਦੂਜੀ ਆ ਨੋਰਮਲ ਪੈਕਿੰਗ ਲੈਣੀ ਇਹ ਬਹੁਤ ਸਸਤੇ ਆ ਅੱਛਾ ਸਿੱਧੇ ਬਣ ਜਾਣਗੇ ਹੈਂ ਅੱਛਾ ਈਜ਼ੀ ਰਾਈਸ ਦੇ ਵਿੱਚ ਸਾਰਾ ਹੋ ਜਾਏਗਾ ਠੀਕ ਆ ਆਹ ਦੇਖੋ ਆਹ ਸਾਰੇ ਚੌਲ ਚੂਲ ਪਏ 141 ਕਤੂਲੀ ਦੇ ਬਟ ਇਹ ਉਹ ਪੈਕਿੰਗ ਆ ਨੋਰਮਲ ਪੈਕਿੰਗ ਆ ਨਾ ਜੈਸੇ ਜਿੱਦਾਂ ਕੀਤੀ ਓਪਨ ਪੈਕਿੰਗ ਉਹ ਬਹੁਤ ਸਸਤੇ ਆ 30-40 ਰੁਪਏ ਦੇ ਆ ਚੌਲ ਵਾਲਾ ਜਿੰਨੀਆਂ ਵੀ ਚੱਕੋ ਆ ਖੰਡ ਆ ਗਈ ਲਓ ਖੰਡ ਕੀ ਰੇਟ ਆ ਬਾਈ 226 ਰੁਪਏ ਦੀ 5 ਕਿਲੋ ਠੀਕ ਆ ਹਾਂ ਡਿਵੈਲਪ ਤੋਂ ਹੋ ਰਿਹਾ ਇਹ ਕੰਟਰੀ ਓਹੋ ਯਾਰ ਕਿੰਨਾ ਪਿਆਰਾ ਲੱਗ ਰਿਹਾ ਨਾ ਸੋ ਇਹ ਇਹਨਾਂ ਦਾ ਯਾਰ ਗਲੋਬਸ ਹੈ ਨਾ ਜਿਹੜਾ ਇਹ ਬਹੁਤ ਜ਼ਿਆਦਾ ਵੱਡਾ ਸਟੋਰ ਹੈ ਮੇਨ ਸਟੋਰ ਹੈ ਨਾ ਮੇਨ ਸਟੋਰ ਇਹਨਾਂ ਦਾ ਮੇਨ ਸਟੋਰ ਹੈ ਇਹ ਸੋ ਬਾਕੀ ਤੁਸੀਂ ਦੇਖ ਲਓ ਯਾਰ ਕਿੱਦਾਂ ਪਿਆਰਾ ਹੈ ਨਾ ਮਤਲਬ ਓਸ਼ ਮੈਨੂੰ ਬਿਸ਼ਕੇਕ ਨਾਲੋਂ ਜ਼ਿਆਦਾ ਪਿਆਰਾ ਲੱਗਿਆ ਇਹ ਪੈਟਰੋਲ ਪੰਪ 'ਤੇ ਆਪਾਂ ਖੜ੍ਹੇ ਹਾਂ ਪੈਟਰੋਲ ਦੇ ਪ੍ਰਾਈਜ਼ ਦੇਖ ਲਓ ਤੁਸੀਂ 52 ਸੋਮ 51 52 47 27 ਇਹ ਗੈਸ ਹੈ ਪੈਟਰੋਲ ਕਿਆ ਕਿਆ ਹੈ
अच्छा पेट्रोल टाइप है ना। हाँ बिल्डिंग तो है बड़ी प्यारी, सोवियत टाइम की सारी बिल्डिंग्स है। एक होटल है या फ्लैट है वैसे? ये सारा फ्लैट है और नीचे वहाँ पे मेरा जिम है। अच्छा और वहाँ पे जिम लगाने जाते हो आप? वो मैं जिम में। ओके। जितने भी सारे के सारे मतलब कि वो है ब्रांड शोरूम से वो आगे सारा हो। नंदन भाजी देखो रशियन सेटर है टैक्सी वाले नाल। मैनू समझ नहीं आ रही वैसे कुछ भी। नंदन भाजी मैनू कुछ समझ नहीं आ रही। सो भाई असी जेड़ा समान लैके आए सीगे नंदन भाजी बनाते हुए पनीर, आ चीज आ गई यार चीज दूजी वाली जी होंगी ना स्लाइस टाइप वाली। सो आ पनीर केड़ी? मोज़रेला। हाँ मोज़रेला। हाँ मैं तो इंडिया च भी नहीं खाता है। सो आ देखो प्याज आ मैं कटे वे वाले भाजी ने कटे, मेरे तो कापा चलता नहीं है, मैं तो भाई अपना छोटी कर दी यूज़ करता। आ टमाटर। सो चाह असी पी ली है, चाह बड़ी वधिया बनाई सी भाजी ने। सो हुण असी रोटी रूटी का करते हैं जुगाड़। तो आ समान असी सारा लैके आए सी जिम जुम का, भाजी बहुत शौकीन है भाजी जिम दे ऑन द प्रोटीन। इतने काफ़ी सस्ता भाजी ने सर 5000 सौना 4200 रुपए का, अपने मिलता कि 6300 रुपए का। बहुत फर्क है, 2000 रुपए का फर्क है। क्यों? रोड है तो रोड के उपर ही है, इधर कुछ इदा का व्यू है बाहर जहाँ लाइट चल रहा है ना। हाँ वही वही पार्क है जहाँ मिले। अच्छा हाँ वही पार्क है जिते अज मिले सी भाजी नूं। तुसी पिछली वीडियो वैसे देखा होना सारे ने, पिछली वीडियो से पहचान रहे हैं ये लोग आपको। सो आ देखो पनीर हुण तड़क लिया। सो भाई समान साडा तैयार आ, देखो मटर पनीर ते रोटियां ते ए सारी मेहनत है नंदन भाजी दी। ते आ लस्सी, लस्सी बड़ी सही है यार इन्हां दी है ना। ते बोन एक्वा पानी ते हुण आपां खावांगे नज़ारे नाल।